ਕੀ ਕੁਝ ਕੇ ਆ ਸਨੀ ਨਹੀਂ ਉਹਨਾਂ ਨੂੰ ਯਾਦ ਕਰ ਰਿਹਾ ਹੈ ਇਹ ਤਿੰਨੋਂ ਸ਼ਖਸੀਤਾਂ ਜਿਹੜੀਆਂ ਪਲੀਜ਼ ਗਰਾਊਂਡ ਵਿੱਚ ਆਉਣ ਲੈ ਵੀ ਬੱਬੂ ਪਹਿਲੇ ਪੁਆਇੰਟ ਦਾ 1,000 ਰੁਪਇਆ ਜਸਵਿੰਦਰ ਨਿਊਜ਼ੀਲੈਂਡ ਦੇ ਹਨੀ ਵੀਰ ਹੋਣਾ ਵੱਲੋਂ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਆਪਾਂ ਗਰਾਊਂਡ ਜਿਹੜਾ ਥੋੜਾ ਕਲੀਅਰ ਕਰ ਦਈਏ ਬੜੀ ਮਿਹਰਬਾਨੀ ਹੋਵੇਗੀ ਡਾਕਟਰ ਗੁਰਦੀਪ ਜੀ ਆਸਟ੍ਰੇਲੀਆ ਉਹਨਾਂ ਦਾ ਵੀ ਵੱਡਾ ਯੋਗਦਾਨ ਹੈ ਅੱਜ ਦੇ ਕੱਪ ਦੇ ਲਈ ਡਾਕਟਰ ਗੁਰਦੀਪ ਆਸਟ੍ਰੇਲੀਆ ਜੀ ਫਾਈਨਲ ਮੈਚ ਸ਼ੁਰੂ ਕਰੀਏ ਜੀ ਆਪਾਂ ਜਲਦੀ ਦੇ ਨਾਲ ਫਾਈਨਲ ਮੈਚ ਸ਼ੁਰੂ ਕਰ ਦਈਏ ਹੈਲੋ ਫਾਈਨਲ ਮੈਚ ਸ਼ੁਰੂ ਕਰਵਾਉਣਾ ਬੇਨਤੀ ਹੈ ਵੀ ਭਾਵੇਂ ਸਾਡੀ ਕਲੱਬ ਦਾ ਵੀ ਕੋਈ ਨੁਮਾਇੰਦਾ ਆ ਸਾਰੇ ਬੰਦੇ ਬਾਹਰ ਆ ਜਾਓ ਲੈ ਵੀ ਸੱਤੂ ਖੰਡੂਰ ਸਾਹਿਬ ਵਾਲਿਆ ਇੱਕ ਵੀਰ ਦਾ ਫੋਨ ਆਇਆ ਕਹਿੰਦਾ ਵੀ ਸੱਤੂ ਨੂੰ ਕਹਿੰਦੇ ਇੱਕ ਵਾਰੀ ਫਤਿਹ ਜ਼ਰੂਰ ਬੁਲਾ ਦੇ 2 ਸਾਲ ਬਾਅਦ ਗਰਾਊਂਡ ਦੇ ਵਿੱਚ ਦੇਖਿਆ ਫਤਿਹ ਸਾਂਝੀ ਕਰਦੇ ਖੰਡੂਰ ਸਾਹਿਬ ਵਾਲਾ ਸੱਤੂ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰਿਓ ਜਦ ਲੀਗ ਦੇ ਮੈਚ ਹੋਏ ਤੇ ਨੌਜਵਾਨ ਦੇ ਸੱਟ ਲੱਗ ਗਈ ਮੇਰੇ ਵੀਰਿਓ ਸੱਟ ਵੀ ਜ਼ਿਆਦਾ ਸੀ ਪਰ ਵਾਹਿਗੁਰੂ ਨੇ ਮੇਰੇ ਵੀਰੋ ਜਿਵੇਂ ਆਖਦੇ ਵੀ ਹੱਥ ਦੇ ਕੇ ਰੱਖਿਆ ਪਿਛਲੇ ਦਿਨੀ ਅਮਰਗੜ੍ਹ ਦੇ ਵਿੱਚ ਚੀੜੇ ਕਾਲੇ ਸਿੰਘਾਂ ਵਾਲੇ ਦੇ ਸੱਟ ਲੱਗੀ ਕੱਲ ਇੱਕ ਵੀਰ ਦਾ ਫੋਨ ਆਇਆ ਉਹਨੇ ਪੁੱਛਿਆ ਵੀ ਬਾਈ ਚੀੜਾ ਕਿਵੇਂ ਹੈ ਮੈਂ ਕਿਹਾ ਜੀ ਠੀਕ ਹੈ ਬਿਲਕੁਲ ਕਹਿੰਦਾ ਸ਼ੁਕਰ ਹੈ ਉਸ ਪਰਮਾਤਮਾ ਦਾ ਕਹਿੰਦਾ ਬਾਈ ਜੀ ਮੈਂ ਸਹਿਜ ਪਾਠ ਸਾਹਿਬ ਸੁੱਖਿਆ ਵੀ ਉਹ ਸੱਚੇ ਪਾਤਸ਼ਾਹ ਉਸ ਖਿਡਾਰੀ ਤੇ ਮਿਹਰ ਭਰਿਆ ਹੱਥ ਰੱਖੇ ਇਹ ਲੋਕ ਨੇ ਜਿਹੜੇ ਕਬੱਡੀ ਨੂੰ ਦਿਲੋਂ ਪਿਆਰ ਕਰਦੇ ਆ ਖਿਡਾਰੀਆਂ ਨੂੰ ਦਿਲੋਂ ਚਾਹੁੰਦੇ ਨੇ ਕਬੱਡੀ ਦੀ ਭਲਾਈ ਦੇ ਲਈ ਇੱਕ ਚੜ੍ਹਦੀ ਕਲਾ ਦੇ ਲਈ ਇੱਕ ਜਕਾਰਾ ਲਾਵਾਂਗੇ ਸਾਰੇ ਭਰਾਵਾਂ ਨੇ ਜਕਾਰੇ ਦਾ ਜਵਾਬ ਜਕਾਰੇ ਦੇ ਵਿੱਚ ਦੇਣਾ ਬੋਲੇ ਸੋ ਨਿਹਾਲ ਆਪਣੇ ਕਾਲਾ ਗਿੱਲਾ ਲੰਬੜਦਾਰ ਤੇ ਹਰਦੇਵ ਸਿੰਘ ਠੇਕੇਦਾਰ ਬਿੰਦਾ ਜੀ ਪ੍ਰਧਾਨ ਸਾਹਿਬ ਹੈਲੋ ਪਲੀਜ਼ ਪਲੀਜ਼ ਜਿੰਨੇ ਵੀ ਵੀਰ ਨੇ ਬਾਹਰ ਆ ਜਾਓ ਪਲੀਜ਼ ਆ ਜਾਓ ਇੱਥੇ ਮੈਚ ਬੜਾ ਵਧੀਆ ਦਿਖਾਉਣ ਦੀ ਕੋਸ਼ਿਸ਼ ਕਰਨੀ ਆ ਪਬਲਿਕ ਨੂੰ ਆਪਾਂ ਨੇ ਬੱਬੂ ਮੈਂ ਉੱਧਰ ਪਾਸੇ ਹੋ ਜਾਣਾ ਤੂੰ ਕੈਮਰੇ ਵਾਲੇ ਵੀਰ ਪਿੱਛੇ ਆ ਜਾਓ ਇੱਧਰ ਪਿੱਛੇ ਆ ਜਾਓ ਇੱਧਰ ਬੱਬੂ ਕੋਲੇ ਹੀ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਸਰਦਾਰ ਸੁਰਿੰਦਰ ਸਿੰਘ ਜੀ ਮਾਨਕ ਸਰਦਾਰ ਰਾਜਵੀਰ ਸਿੰਘ ਜੀ ਮਾਨਕ ਇਹ ਸਤਿਕਾਰਯੋਗ ਸ਼ਖਸੀਅਤਾਂ ਦਾ ਜਿੱਥੇ ਫੈਡਰੇਸ਼ਨ ਨੂੰ ਬਹੁਤ ਵੱਡਾ ਯੋਗਦਾਨ ਹੈ ਚਲਾਉਣ ਦੇ ਲਈ ਔਰ ਉਹਨਾਂ ਦੇ ਆਪਣੀ ਟੀਮ ਜਿਹੜੀ ਬਣਾਈ ਹੋਈ ਹੈ ਸੁਖਚੈਨਣਾ ਸਾਹਿਬ ਕਬੱਡੀ ਕਲੱਬ ਫਗਵਾੜਾ ਔਰ ਇਸ ਟੂਰਨਾਮੈਂਟ ਦੇ ਲਈ ਵੀ ਸੁਰਿੰਦਰ ਸਿੰਘ ਮਾਨਕ ਉਹਨਾਂ ਦਾ ਸਰਦਾਰ ਰਾਜਵੀਰ ਸਿੰਘ ਜੀ ਮਾਨਕ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਹਰਪ੍ਰੀਤ ਸਿੰਘ ਜੀ ਸਿਵੀਆ ਮਨਜੀਤ ਸਿੰਘ ਜੀ ਢੀਂਡਸਾ ਬਾਸੀ ਸਾਹਿਬ ਰਿਚਮੈਂਡ ਯੂਨਾਈਟਡ ਕਬੱਡੀ ਕਲੱਬ ਦੇ ਪ੍ਰੈਜੀਡੈਂਟ ਨੇ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਮੈਂ ਇਸੇ ਲਈ ਕਹਿ ਰਿਹਾ ਵੀ ਮੈਚ ਸ਼ੁਰੂ ਹੋ ਗਿਆ ਨਾਲ ਦੀ ਨਾਲ ਗੁਰਚਰਨ ਸਿੰਘ ਜੀ ਮਕਸੂਦਲਾ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਜੱਸੀ ਸਰਾਏ ਜੀ ਨਿੰਦਰ ਢਾਲੀਵਾਲ ਜੀ ਰੈਂਬੋ ਸਿੱਧੂ ਜੀ ਬਿੱਲਾ ਪੱਤਰ ਰਾਣਾ ਸਿੱਧੂ ਬਿੱਲਾ ਸਿੱਧੂ ਪਰ ਗੁਰਪ੍ਰੀਤ ਜੀ ਪਹਿਲੀ ਰੇਡ ਪੈ ਚੁੱਕੀ ਹੈ ਤੇ ਪਹਿਲੀ ਰੇਡ ਤੇ ਕਹਿੰਦੇ ਜੋਤ ਰਾਮਗੜ੍ਹ ਸਰਦਾਰਾਂ ਵਾਲਾ ਇਸ ਵੇਲੇ 1,000 ਦਾ ਜੱਫਾ ਵਾਹ ਜੋਤ ਜੋਤ ਫੜ 1,000 ਰੁਪਇਆ ਜਸਵਿੰਦਰ ਨਿਊਜ਼ੀਲੈਂਡ ਤੇ ਸਨੀ ਹੋਣਾ ਵੱਲੋਂ ਮਾਨ ਤੇਰੇ ਲਈ ਆਏ ਹੈ ਲੈ ਵੀ ਬਾਈ ਜਗਦੇਵ ਸਿੰਘ ਇਹ ਮਾਨ ਸਨਮਾਨ ਜ਼ਰੂਰ ਪੁੱਛਦੀ ਕਰਦੀ ਆਹ ਸਰਬਜੀਤ ਸਿੰਘ ਢਿੱਡਾ ਪੰਡਾਲ ਦੋਨੇ ਦੀ ਧਰਤੀ ਸੁੱਖੇ ਦਾ ਪਿੰਡ ਰਾਣੇ ਦਾ ਪਿੰਡ ਜੱਸੇ ਦਾ ਪਿੰਡ ਦੁਨੀਆ ਦੇ ਮਹਾਨ ਕਬੱਡੀ ਖਿਡਾਰੀਆਂ ਦਾ ਪਿੰਡ ਬੇਬੇ ਦੀ ਗੱਲ ਆਹ ਸਾਹਮਣੇ ਦੇਖਣਾ ਵੀ ਇਸ ਵੇਲੇ ਢਿੱਡਾ ਪੰਡਾਲ ਦੋਨੇ ਵਾਲਾ ਤੇ ਦੂਜੇ ਪਾਸੇ ਖੰਡੂਰ ਸਾਹਿਬ ਦਾ ਸੱਤੂ ਤੇ ਨੰਬਰ ਜਿਹੜਾ ਹੈ ਗੁਰਦੁਆਰਾ ਸੁਖਚੈਨਣਾ ਸਾਹਿਬ ਕਬੱਡੀ ਕਲੱਬ ਫਗਵਾੜੇ ਦੀ ਟੀਮ ਦੇ ਲਈ ਜੁੜਦਾ ਹੋਇਆ ਅਗਲੀ ਕਬੱਡੀ ਰੁਪਿੰਦਰ ਸਿੰਘ ਤਤਾਲ ਵਾਲੇ ਪਿੰਡੂ ਦੀ ਤੇ ਬੋਧ ਖੰਨੇ ਵਾਲੇ ਬੱਬੂ ਦੇ ਲਓ ਕਹਿੰਦੇ ਆ ਰੇਡ 1500 ਦੀ ਹੈ ਮੇਰੇ ਵੀਰੋ ਪਹਿਲੀ ਰੇਡ 3 ਰੇਡਾਂ ਤੇ 1500 ਦਿੱਤਾ ਜਾਣਾ 1000 ਗੁਰਮੰਤ ਰੌੜ ਵੱਲੋਂ ਤੇ 500 ਰੁਪਇਆ ਭਰਪੂਰ ਸਿੰਘ ਜੀ ਮੰਡੇਰ ਉਹਨਾਂ ਵੱਲੋਂ ਤੇ ਨਾਲ ਵੱਡੇ ਮਨ ਕਹਿੰਦੇ ਗੁੰਨੇ ਕਰਦੇ ਵੱਲੋਂ ਵੀ ਹੋਣਗੇ ਢੰਡਾਰੀ ਵਾਲੇ ਵੱਲੋਂ ਨਵੀਂ ਕੈਨੇਡਾ ਰਮਨ ਯੂਐਸਏ ਵੱਲੋਂ ਵੀ ਵੱਡੇ ਮਾਨ 2000 ਦੀ ਪਹਿਲੀ ਰੇਡ ਹੈ ਪਿੰਦੂ ਦਤਾਲ ਵਾਲੇ ਦੀ ਇਹ ਆ ਕਹਿੰਦੇ ਪਿੰਦੂ ਦਤਾਲ ਵਾਲਾ ਵੱਡੇ ਲਓ ਅਗਲੀ ਰੇਡ ਇਸ ਵੇਲੇ ਕੌਣ ਮੇਰੇ ਵੀਰੋ ਆਹ ਨੌਜਵਾਨ ਦਾ ਚੌਂਦਾ ਪਿੰਡ ਹੈ ਇਹ ਆ ਲਾਡੀ ਨੌਜਵਾਨ ਚੌਂਦੇ ਵਾਲਾ ਜਿਹੜਾ ਇਸ ਵੇਲੇ ਕਹਿੰਦੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਰਮਨ ਯੂਐਸਏ ਉਹਨਾਂ ਨੇ ਲਵਲੀ ਕੈਨੇਡਾ ਉਹਨਾਂ ਨੇ ਕਹਿੰਦੇ ਵੱਡੇ ਮਾਨ ਭੇਜਿਆ ਆਓ ਸਾਹਮਣੇ ਇਸ ਵੇਲੇ ਲਾਡੀ ਦੀ ਪਈ ਰੇਡ ਦੇ ਉੱਪਰ
चार जाफी तैयार ने कहने जट लाटो वाला एक कनी से लग्या होया और टक्कर जी इस वे जट 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 करवा अत खेडा जा रहा बेरकल का कप ते हुण मैनू लगता भी इस वे लैवी खन्ने वाले हुण यह भी गल कह दे खेडा जा रहा बेरकल का कप जट जट के जफे के उपर भरपूर सिंह जी मंडेर उन्होंने वालों 500 नाल दलमेख सिंह जी खड़ा साहब उन्होंने वालों भी 500 जरा जट लाटो के जफे के उपर आया कहते मंगू है बडवाली वाला जोत रामगढ़ सरारा वाला पूरा एन जिमें कहते होंगे भी दे रहा फिर भी अज इलाके बेरकल कप चल रहा है जे कि बेस्ट आ गया तो दुनिया के गल चल जाए पर रणीके वाले का साथी इस वे नौजवान बब्बू झनेड़ी वाला करता कोशिश से नंबर रेडर का नंबर इस वे नौजवान गभरू ने अपनी टीम के लिए जोड़ दिता है प्यारा साउंड मानवी पंजाब की मनी परमनी साउंड प्रदीप सिंह तूफान जिले संगरूर का के नागड़ तू चंडीगढ़ दी मैं भी संगरूर का सपेरा जिमें गल हुई खान भैणी वाले ने की है पर माझे की धरती तो पुजा आओ सामने सतनाम सिंह सत्तू इस वे बल्ले 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 बाल सत्तू खडूर साहब दे बल्ले बल्ले स्वाद ताड़िया 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 लो सामने किने स्वाद कर दिता सत्तू ने एन किने बड़े ने नजारा बनता तेजी रोड़िया जसा रोड़िया वो कहने भी जोत ने जफ्फिया के उपर आप बड़े मान करांगे निंदे यूएसए वालों भी बड़े मान इधर कहने निंदू इंदगढ़ की धरती का कबड्डी भार है भरपूर सिंह जी मंडेर जरक वाले उन्हां वालों भी जोत रामगढ़ सरदारा वाले जफे के उपर 500 रुपया दिता जाना आओ सामने जोत पर आए कहिंदे निंदू इंदगढ़ वाला नंबर का वादा करता हो लवी रुपिंदर कर गल विक्की कपियाल दी विक्की कपियाल वाला एक विक्की घनौर वाला मेरे वीरियो एक विक्की कपियाल का एक विक्की घलोटी का आओ सामने वेखदा मैं इस वे खेड मैदान विक्की खेड मैदान कबड्डी पा रहा है रतनगढ़ी सोटी ते माण है शिंदर समरे टाइगर स्पोर्ट्स क्लब वाले मनजिंदर सहोते आओ सामने राय होना माण है हरजीत होना ला तकड़ा जफा अपनी टीम के लिए पाउण दा वादा कर गया खलचिया के एरिए का एक कहते सोटी है रतनगढ़ी है ला तकड़ा जफा जज मंडिया का ਉਹ ਪੇਰਕਲਾਂ ਦੇ ਕਬੱਡੀ ਕੱਪ ਦਾ ਸਵਾਦ ਆਇਆ ਕਿ ਨਹੀਂ ਸੰਗਤ ਖੁਸ਼ ਹੈ ਦੁਨੀਆ ਆਨੰਦ ਮਾਣਦੀ ਹੈ ਭਿੰਡਰਾਂ ਵਾਲਾ ਦੁੱਕੀ ਨਹੀਂ ਫਿਰਦਾ ਭੱਜਿਆ ਐਨ ਕਹਿੰਦੇ ਸਵਾਦ ਵੱਖਰਾ ਪੈਂਦਾ ਵੇਖ ਜਿਹੜਾ ਨੌਜਵਾਨ ਕਬੱਡੀ 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 ਜੱਜ ਮੰਡੀਆਂ ਵਾਲਾ ਵਾਹ ਉਹ ਜੱਜ ਔਖੜੇ ਪੈਰ ਫੜਿਆ ਗੁੱਟ ਹੁਣ ਗੱਲ ਕਸੂਤੀ ਰਣੀਕੇ ਵਾਲਾ ਕਾਜੂ ਸਮਾਂ 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 ਕੀ ਕਹਿੰਦਾ ਸਮਾਂ ਕੀ ਕਹਿੰਦਾ ਕਾਜੂ ਰਣੀਕੇ ਵਾਲਾ ਨੇ ਕਹਿੰਦੇ ਕਮਾਲ ਕਰ ਦਿੱਤੀ ਹੈ ਇਹ ਅੰਗਰੇਜ਼ ਸਿੰਘ ਕਾਜੂ ਰਣੀਕੇ ਵਾਲਾ ਲੈ ਵੀ ਜਹਾਜ਼ ਮਾਇਆ ਫਰਦਾ ਨਾਲ ਦੀ ਨਾਲ ਗੁੰਨੇਗਰ ਦੇ ਵੱਲੋਂ ਹਰਦੇਵ ਠੇਕੇਦਾਰ ਵੱਲੋਂ ਤੇਜੀ ਠੇਕੇਦਾਰ ਕਾਲੇ ਗਿੱਲਾਂ ਤੇ ਸ਼ਿੰਦੇ ਢੰਡਾਰੀ ਵੱਲੋਂ 500 ਹੈ ਕਹਿੰਦੇ ਕਾਜੂ ਦੇ ਜਫੇ ਦੇ ਉੱਪਰ ਇਹ ਜੱਟ ਵੀ ਸਪੇਰਾ ਸੰਗਰੂਰ ਦਾ ਨਾਗਣ ਜੇ ਤੂੰ ਚੰਡੀਗੜ੍ਹ ਦੀ ਗੱਲ ਉਦੋਂ ਮੂੰਹ ਤੇ ਨਹੀਂ ਚੜੀ ਤਾਰਿਆ ਕਿਸ਼ਨਪੁਰੇ ਵਾਲਿਆ ਪਰ ਹੁਣ ਵੇਖ ਆ ਮੁੰਡਾ ਖਲਚੀਆਂ ਦੇ ਏਰੀਏ ਦਾ ਇਹ ਕਹਿੰਦਾ ਬੱਲੇ ਬੱਲੇ ਸੋਢੀ ਸੋਢੀ ਤੇ ਬੋਗਾ ਬਣਾਉਣਾ ਬੱਲੇ ਸਵਾਦ ਉੱਠ ਗੱਭਰੂਆ ਉਹ ਨਿਆਰਾ ਆਇਆ ਕਿ ਨਹੀਂ ਐਨ ਦੁਨੀਆ ਖੁਸ਼ ਆ ਬੇਰਕਲਾਂ ਦੇ ਕੱਪ ਦਾ ਕਹਿੰਦੇ ਸਵਾਦ ਆਇਆ ਪਿਆ ਮੇਰੇ ਵੀਰੋ ਆਏ ਸਿਮੋ ਕੰਗ ਕੱਲੇ ਵਾਲਾ ਖੇਡਿਆ ਮੁੰਡਾ ਕਹਿੰਦੇ ਯੂਰਪ ਵਿੱਚ ਪਰਸਰਾਮਪੁਰ ਦੇ ਸ਼ੱਭੂ ਧਨੋਏ ਦੀ ਟੀਮ ਵੱਲੋਂ ਇਸ ਵੇਲੇ ਪਾਉਂਦਾ ਹੈ ਰੇਡ ਲੈ ਵੀ ਮਣੀ ਧਨੌਰੀ ਵਾਲਾ ਖਿੱਚੋ ਤਿਆਰੀ ਪਰ ਆਏ ਕਹਿੰਦੇ ਲੱਖਾ ਢੰਡੋਲੀ ਵਾਲਾ ਸਿਮੂ ਦੇ ਲਈ 500 ਭਰਪੂਰ ਸਿੰਘ ਜੀ ਮੰਡੇਰ ਉਹਨਾਂ ਵੱਲੋਂ ਵੱਡੇ ਮਾਨ ਦੇ ਕੋਚ ਸਾਹਿਬ ਸਾਹਮਣੇ ਕਿਹਾ ਟਿੱਡਾ ਲਈ 500 ਇਹ ਸਰਬਜੀਤ ਸਿੰਘ ਹੈ ਇਹਨੂੰ ਪਿਆਰ ਦੇ ਨਾਲ ਟਿੱਡਾ ਕਹਿੰਦੇ ਆ ਇਹ ਕਹਿੰਦੇ ਮੇਰੇ ਵੀਰੇ ਆਉਣ ਵਾਲੇ ਸਮੇਂ ਦਾ ਭਵਿੱਖ ਹੈ ਪੰਡਾਲ ਤੋਂ ਇਹਨੂੰ ਬਖਸ਼ਿਸ਼ ਹੈ ਆਹ ਟਿੱਡੇ ਦੀ ਪਈ ਹੋਈ ਰੇਡ ਜਾਫੀ ਚਾਰ ਨੇ ਹੁਣ ਚਾਰਾਂ ਦੇ ਵਿੱਚੋਂ ਗੋਪੀ ਪਰ ਟਿੱਡਾ ਤੇ ਟਿੱਡਾ ਮੈਂ ਤੈਨੂੰ ਉਦੇ ਵੀ ਆਖਿਆ ਸੀ ਨਾਂ ਬਦਲ ਲੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਤੇਰਾ ਸਰੀਰ ਦੱਸਦਾ ਹੈ ਤੇਰੀ ਕਬੱਡੀ ਦੱਸਦੀ ਹੈ ਤੇਰੀ ਬਾਡੀ ਲੈਂਗੁਏਜ ਦੱਸਦੀ ਆ ਵੀ ਨੌਜਵਾਨਾਂ ਤੂੰ ਵੱਡਾ ਸਟਾਰ ਹੋਵੇਂਗਾ ਤੇ ਜਿਸ ਦਿਨ ਤੂੰ ਵੱਡਾ ਸਟਾਰ ਹੋਇਆ ਤੇ ਜਗਦੇਵ ਸਿੰਘ ਗੱਗੀ ਲੋਪੋ ਵਾਲਿਆ ਉੱਤੇ ਟਿੱਡਾ ਕਹਿੰਦੇ ਨੂੰ ਸਾਨੂੰ ਵੀ ਸ਼ਰਮ ਆਉਣੀ ਹੈ ਪਰ ਆਪਾਂ ਬਦਲਾਂਗੇ ਜ਼ਰੂਰ ਨਾ ਮੁੰਡੇ ਦਾ ਜਹਾਜ਼ ਕੋਚ ਪਰ ਸਾਹਮਣੇ ਵੇਖੀਏ ਖੇਡ ਮੈਦਾਨ ਦੇ ਵਿੱਚ ਇਹ ਹੈ ਰੁਪਿੰਦਰ ਸਿੰਘ ਦੁਤਾਲ ਵਾਲਾ
ਦਿੱਤਾਲ ਵਾਲਾ ਪਿੰਦੂ ਕਬੱਡੀ ਪਾ ਰਿਹਾ ਹੈ। ਇਹ ਕਹਿੰਦੇ ਸ਼ੇਰ ਸਿੰਘ ਭਲਵਾਨ ਦਾ ਪੁੱਤਰ ਹੈ। ਆਹ ਸਾਹਮਣੇ ਜੋਤ ਰਾਮਗੜ੍ਹ ਸਰਦਾਰਾਂ ਵਾਲਾ ਫੜ ਗੁੱਟ ਕੈਂਚੀ ਲਾਊ ਕਿ ਨਹੀਂ, ਪਰ ਸਮਾਂ ਸਮਾਂ ਤੇ ਨੰਬਰ ਪਿੰਦੂ ਦਿੱਤਾਲ ਦਾ ਨੰਬਰ ਕਹਿੰਦੇ ਪਿੰਦੂ ਦਿੱਤਾਲ ਵਾਲੇ ਨੇ ਆਪਣੀ ਟੀਮ ਦੇ ਸੇ ਜੋੜ ਦਿੱਤਾ ਹੈ। ਇੱਧਰ ਹਰਵੀਰ ਕੈਨੇਡਾ ਜੋ ਕਿ ਗੁਰਪ੍ਰੀਤ ਵੇਰਕਲਾ ਜੀ ਦਾ ਭਾਣਦਾ ਹੈ, ਸਾਡਾ ਵੀਰ ਆਲਮਗੀਰ ਦੀ ਧਰਤੀ ਤੋਂ ਹਰਵੀਰ ਕੈਨੇਡਾ, ਇਹ ਵੀਰ ਵੱਲੋਂ ਆਹ ਕਬੱਡੀ ਦੇ ਕਹਿੰਦੇ 500 ਦੇ ਵੱਡੇ ਮਾਣ ਜਿਹੜੇ ਦਿੱਤੇ ਜਾਣਗੇ। ਆਏ ਸੁਖੀ ਨੌਜਵਾਨ ਚੰਡੀਗੜ੍ਹੀਆ ਮੁੰਡਾ ਢੋਡੇ ਮਾਰੇ ਪਿੰਡ ਵਾਲਾ ਕਹਿੰਦੇ ਕਬੱਡੀ ਪਾ ਰਿਹਾ ਹੈ। ਚਾਰ ਜਾਫੀ ਤਿਆਰ ਨੇ, ਚਾਰ ਜਾਫੀਆਂ ਵਿੱਚੋਂ ਇੱਕ ਕਣੀ ਤੇ ਕਹਿੰਦੇ ਸੱਤੂ ਲੱਗਾ ਖਡੂਰ ਸਾਹਿਬ ਵਾਲਾ, ਪਰਲੀ ਕਣੀ ਤੇ ਗੋਪੀ ਹੈ ਮੰਡੀਆਂ ਵਾਲਾ, ਆਏ ਕਹਿੰਦੇ ਕਰਨੀ ਲਸਾੜੇ ਵਾਲਾ, ਪਰ ਪੁਆਇੰਟ ਇਸ ਵੇਲੇ ਧਾਵੀ ਦੇ ਕਹਿੰਦੇ ਹਿੱਸੇ ਜੁੜਦਾ ਹੋਇਆ ਹੈ। ਹਰਵੀਰ ਕੈਨੇਡਾ ਵਾਲੇ ਵੱਲੋਂ 500 ਹੈ ਕਹਿੰਦੇ ਸੁਖੀ ਦੇ ਲਈ। ਮੰਗੂ ਦੀ ਰੇਡ ਲੈ ਵੀ ਜਲਾਲ ਵਾਲਿਆ, ਗੁਰਨਾ ਕਰਤਾ ਕਹਿੰਦਾ ਵੀ ਮਣੀ ਧਨੌਰੀ ਜਿੰਨੇ ਜੱਫੇ ਲਾਊ ਹਰ ਇੱਕ ਜੱਫੇ ਦੇ 500 ਦਿੱਤਾ। ਰੇਸ਼ਮ ਸਿੰਘ ਗੁਰਨਾ ਗਰਚਾ ਢੰਡਾਰੀ ਮੇਰੇ ਵੀਰੋ ਐਨ ਲੁਧਿਆਣੇ ਦੇ ਬੁੱਕਲ ਦੇ ਵਿੱਚ ਲੱਗਦੀਆਂ ਰੌਣਕਾਂ। ਵਿਸ਼ੇ ਤੌਰ ਤੇ ਧੰਨਵਾਦ ਹੈ ਜਲਾਲ ਵਾਲੇ ਨੂੰ ਵੀ ਮੌਕਾ ਦਿੱਤਾ ਸਟਾਰਟਿੰਗ ਦੇ ਵਿੱਚ, ਪਰ ਆਓ ਸਾਹਮਣੇ ਮੰਗੂ ਬਡਵਾਲੀ ਵਾਲਾ ਨੰਬਰ ਲੈ ਕੇ ਆਪਣੀ ਟੀਮ ਦੇ ਲਈ ਵਾਪਸ ਗਿਆ। ਮੰਗੂ ਬਡਵਾਲੀ ਦਾ ਮੈਚ ਤਕੜਾ ਹੈ, ਦੋਨੋਂ ਟੀਮਾਂ ਦਾ ਐਨ ਫਸਵਾਂ ਮੈਚ ਹੈ। ਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਦਾ ਕੱਪ ਹੈ, ਕਹਿੰਦੇ ਦੁਨੀਆ ਭਰ ਦੇ ਵਿੱਚ ਵਿਖਾਇਆ ਜਾ ਰਿਹਾ ਲਾਈਵ। ਆਓ ਪ੍ਰਦੀਪ ਸਿੰਘ ਤੂਫਾਨ ਦੀ ਕਬੱਡੀ ਹੈ, ਜਾਫਰੀ ਚਾਰ ਨੇ, ਖਡੂਰ ਸਾਹਿਬ ਦਾ ਸੱਤੂ ਹੈ, ਨਾਲ ਕਰਮਜੀਤ ਗਿਆਨੀ ਲਸਾੜੇ ਦਾ, ਨਾਲ ਮੂਲਿਆਲ ਖੈਰੇ ਦਾ ਪਿੰਡਾ, ਪਰ ਲਸਾੜੇ ਵਾਲਾ ਕਰਮਜੀਤ ਪੁਆਇੰਟ ਕਹਿੰਦੇ ਤੂਫਾਨ ਦੇ ਹਿੱਸੇ ਹੈ। ਨਜ਼ਾਰਾ ਵਜਿਆ ਪਿਆ ਬੇਰਕਲਾਂ ਦੇ ਕੱਪ ਦਾ। ਇੱਧਰ ਸਾਡੇ ਵੀਰ ਕਹਿੰਦੇ ਵੀ ਜੱਟ ਲਾਟੋ ਦੇ ਲਗਾਤਾਰ ਦੋ ਜੱਫੇ ਲਾਵੇ ਤਾਂ 2000 ਦਿੱਤਾ ਜਾਣਾ, ਕਿਹਨਾਂ ਵੱਲੋਂ ਜੀ ਦੱਸਿਓ ਜਰਾ। ਵਿੱਕੀ ਨਿਊਜ਼ੀਲੈਂਡ, ਜਸਵਿੰਦਰ ਨਿਊਜ਼ੀਲੈਂਡ ਤੇ ਨਵੀਂ ਧਾਲੀਵਾਲ ਵੱਲੋਂ ਕਹਿੰਦੇ 2000 ਦਿੱਤਾ ਜਾਣਾ। ਉਹ ਮਣੀ ਹੈ ਧਨੌਰੀ ਵਾਲਾ, ਗੁੰਨਾ ਕਰਤਾ ਕਹਿੰਦਾ 500 ਦੇਵਾਂਗੇ ਮਣੀ ਦੇ ਜੱਫੇ ਦੇ ਉੱਪਰ। ਮਣੀ ਧਨੌਰੀ ਪਿੰਡ ਵਾਲਾ ਤੇ ਕਹਿੰਦੇ ਨਿੰਦੂ ਇੰਦਗੜ ਵਾਲਾ, ਨਿੰਦੂ ਇੰਦਗੜੀਆ। 9 ਜਿਹੜੀ ਜਨਵਰੀ ਆਉਣੀ ਹੈ ਉਹ ਚੱਕ ਕਲਾਂ ਦੇ ਵਿੱਚ ਜਤਿੰਦਰ ਜੌਹਲ ਤੇ ਸੁੱਖੇ ਚੱਕਾ ਹੋਣਾ ਵੱਲੋਂ ਸੱਦਾ ਹੈ ਆਲ ਓਪਨ ਦੀਆਂ ਟੀਮਾਂ, ਤੇ ਨਾਲ ਹੀ ਕਹਿੰਦੇ ਪੰਜਾਬ ਸਪੋਰਟਸ ਕਲੱਬ ਐਮ ਸਟੈਡਮ ਵੱਲੋਂ ਸੱਦਾ ਦਿੱਤਾ ਜਾ ਰਿਹਾ ਹੈ। ਜੱਗੇ ਦਿਓਲ ਦੇ ਪਿੰਡ ਦੇ ਵਿੱਚ ਛਿੰਝ ਮੇਲਾ ਤੇ ਕਹਿੰਦੇ ਕਬੱਡੀ ਹੋਣੀ ਹੈ 9 ਜਨਵਰੀ ਨੂੰ ਮੇਰੇ ਵੀਰੋ, ਉਹਦੇ ਲਈ ਵੀ ਆਪ ਸਭ ਨੂੰ ਸੱਦਾ ਹੈ। ਪਰ ਸਾਹਮਣੇ ਵਿੱਕੀ ਕਪਿਆਲ ਨੰਬਰ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ। ਮੰਡੀਆਂ ਵਾਲਾ ਜੱਜ, ਮੰਡੀਆਂ ਵਾਲੇ ਜੱਸੇ ਦੀ ਕਬੱਡੀ ਦੀ ਗੱਲ ਚੱਲਦੀ, ਮੰਡੀਆਂ ਵਾਲੇ ਗੁਰਮੀਤ ਦੀ ਗੱਲ ਚੱਲਦੀ, ਮੰਡੀਆਂ ਵਾਲੇ ਗੋਪੀ ਹੋਣੀ ਐਨ ਕਹਿੰਦੇ ਵਧੀਆ ਖੇਡਦੇ, ਮੰਡੀਆਂ ਵਾਲੇ ਲਾਡੀ ਦੀ ਗੱਲ ਵੱਖਰੀ। ਪਰ ਆਹ ਮੁੰਡੇ ਦਾ ਕਹਿੰਦੇ ਅੱਜ ਵਾਲੇ ਸਮੇਂ ਦੇ ਵਿੱਚ ਮੇਰੇ ਵੀਰੋ ਨਾਮ ਹੈ, ਇਹ ਮੰਡੀਆਂ ਵਾਲਾ ਜੱਜ ਹੈ। ਜਾਫੀ ਚਾਰ ਨੇ, ਹੁਣ ਚਾਰਾਂ ਦੇ ਵਿੱਚੋਂ ਬੱਬੂ ਝਨੇੜੀ ਕਰਦਾ ਕੋਸ਼ਿਸ਼, ਲਾ ਪਾਊ ਜੱਫਾ ਕੇ ਨਹੀਂ, ਲਵਲੀ ਹੋਣਾ ਵੱਲੋਂ ਮਾਨ ਸਨਮਾਨ ਹੋਣਗੇ ਜੇ ਜੱਫਾ ਲਾ ਗਿਆ। ਪਰ ਨੰਬਰ ਜੱਜ ਮੰਡੀਆਂ ਵਾਲੇ ਦੇ ਕਹਿੰਦੇ ਹਿੱਸੇ ਜੁੜਦਾ ਹੋਇਆ। ਆਏ ਕਹਿੰਦੇ ਸੁਖੀ ਢੋਡੇ ਮਾਰੇ ਪਿੰਡ ਵਾਲਾ ਮੁੰਡਾ ਚੰਡੀਗੜ੍ਹੀਆ, ਇਸ ਵੇਲੇ ਕਹਿੰਦੇ ਕਬੱਡੀ ਪਾਉਣ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ। ਉਧਰ ਦਲਮੇਖ ਸਿੰਘ ਜੀ ਖਾੜਾ ਸਾਹਿਬ ਉਹ ਵੀ ਪੂਰੇ ਖੁਸ਼ ਨੇ, ਟੀਮ ਸਿਰੇ ਦਾ ਪ੍ਰਦਰਸ਼ਨ ਜਿਹੜਾ ਕਰ ਰਹੀ ਹੈ। ਵਿੱਕੀ ਨਿਊਜ਼ੀਲੈਂਡ, ਨਵੀਂ ਕੈਨੇਡਾ ਵੱਲੋਂ ਜੱਟ ਲਾਟੋ ਦੇ 2 ਜੱਫਿਆਂ ਤੇ 2000 ਦਿੱਤਾ ਜਾਣਾ। ਲਓ ਲਾਟੋ ਵਾਲਾ ਜੱਟ ਪੂਰੀ ਅੱਤ ਬੱਲੇ, ਲਾਟੋ ਵਾਲਾ ਜੱਟ ਕਹਿੰਦੇ ਕਰਾਉਂਦਾ ਪੂਰੀ ਅੱਤ, ਕੱਢਦਾ ਫੇਰ ਕਲਾਂ ਵਿੱਚ ਵੱਟ। ਪਰ ਮੁੰਡਾ ਭੱਜ ਗਿਆ ਢੋਡੇ ਮਾਜਰੇ ਵਾਲਾ। ਮਲਕੀਤ ਸਿੰਘ ਜੀ ਸਰਪੰਚ ਸਾਹਿਬ ਆਲਮਗੀਰ ਵਾਲੇ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਔਰ ਹਰਵਿੰਦਰ ਸਿੰਘ ਜੀ ਪਹਿਲਵਾਨ ਦੇ ਫਾਦਰ ਸਾਹਿਬ ਨੇ, ਕਮਲ ਅਤੇ ਬਿੱਟੂ ਭਾਗਪੁਰ ਦਾ ਮੇਰੇ ਵੀਰੋ ਕੈਨੇਡਾ ਤੋਂ ਵੱਡਾ ਯੋਗਦਾਨ ਆ, ਸਰਦਾਰ ਅਜਮੇਰ ਸਿੰਘ ਜੀ ਭਾਗਪੁਰ ਦੇ ਪਰਿਵਾਰ ਦਾ ਬਹੁਤ ਵੱਡਾ ਗਹਿ ਕਟਵਾ ਯੋਗਦਾਨ। ਉੱਥੇ ਸੁਰਿੰਦਰ ਮਾਨਕ ਤੇ ਰਾਜਵੀਰ ਮਾਨਕ ਹੋਣਾ ਦਾ ਧੰਨਵਾਦ। ਆਹ ਸਾਹਮਣੇ ਪਈ ਹੋਈ ਰੇਡ, ਲੱਗਿਆ ਹੋਇਆ ਜੱਫਾ ਤੇ 1000 ਰੁਪਈਆ। ਲਵਲੀ ਕੈਨੇਡਾ ਤੇ ਨਿੰਦਾ USA ਲੈ ਵੀ ਬਿੰਦੇ ਵੀਰ ਆਪ ਹੀ ਜਿਹੜਾ ਜ਼ਰੂਰ ਪੁੱਜਦਾ ਕਰਦੇ, 1000 ਰੁਪਈਆ ਸਜਾਫੀ ਦੇ ਲਈ। ਰਤਨਗੜੀਆ ਸੋਢੀ ਜਿੰਨੇ ਜੱਫੇ ਲਾਵੇ, ਹਰਦੇਵ ਠੇਕੇਦਾਰ ਦੇ ਵੱਲੋਂ ਗੁੰਨੇਗਾ ਤੇ ਢੰਡਾਰੀ ਵਾਲੇ ਵੱਲੋਂ ਕਹਿੰਦੇ 500 ਦਿੱਤਾ ਜਾਣਾ ਰਤਨਗੜੀਆ ਸੋਢੀ ਦੇ ਜੱਫਿਆਂ ਦੇ ਉੱਪਰ। ਹਰਨਾਮਪੁਰ ਵਾਲੇ ਨਵੀਂ ਦਾ ਵੀ ਧੰਨਵਾਦ ਸਾਡੇ ਵੀਰ ਦਾ, ਆਓ ਸਾਹਮਣੇ ਟੱਡਾ ਜਾਂਦਾ ਭੱਜਿਆ ਕਹਿੰਦੇ ਭੰਡਾਲ ਦੋਨੇ ਵਾਲਾ। ਉਧਰ ਅਜਿੰਦਰਪਾਲ ਖਰਦਾ ਜੀ ਪੰਜਾਬ ਸਪੋਰਟਸ ਕਬੱਡੀ ਕਲੱਬ ਐਮਸਟਰਡਮ ਵਾਲੇ, ਉਹ ਵੀ ਕਹਿੰਦੇ ਲਾਈਵ ਆਨੰਦ ਮਾਣਦੇ ਨੇ ਬੇਰਕਲਾਂ ਦੇ ਵੱਡੇ ਕੱਪ ਦਾ। ਆ ਕਹਿੰਦੇ 2000 ਦੀ ਤੀਜੀ ਰੇਡ ਹੈ ਮੇਰੇ ਵੀਰੋ। ਭਰਪੂਰ ਸਿੰਘ ਜੀ ਮੰਡੇਰ ਜਰਗ ਵਾਲਿਆਂ ਵੱਲੋਂ, ਰਮਨ USA ਵੱਲੋਂ, ਨਵੀਂ USA ਵੱਲੋਂ 2000
बल्ले 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 जफा 2000 का लग पाएगा या नहीं। 2000 2000 का जफा 2000 2000 आओ सामने मुकाबला सख्त है लगे हुआ जोर है आओ मुकाबला सख्त कबड्डी कप से ला के बड़े रिकॉर्ड बनाए है पर सामने वेखना भी कबड्डी पाके नौजवान वापस जाता हुआ रमन यूएसए गोली कनेडा 500 जिहड़ा भी जाफी जफा ला दे मेरे वीरो उधर सुखा मान गुड़े ते नाल गुरजीत सिंह जी बापड़ा नवी पंधेर मास्टर हरजिंदर सिंह जी भरपूर सिंह जी मास्टर भुपिंदर सिंह जी कलोटी कमल ते मेरे वीर बिट्टू भागपुर हैप्पी नंदगढ़ होना दा बिंदी सानेवाल दा गोल्डी सानेवाल रशपाल सिंह जी हारा सारिया शख्सियतां दा धन्नवाद। आओ सामने मंगू बड़वाली ते दूजे पासे मनी धनौरी मनी धनौरी वाले जफे ते 500 दिता जाना गुना करता कहिंदा काले गिलां वाले वालों नाल शिंदे ढंडारी वालों तेजी रोड़ियां वालों गुन्ने भाई वालों बटे मान पर आए कहने इस वेले प्रवंत कालख प्रवंत सेखों ते नाल दीपा कालख मेरे वीरो सारे भरावां दा विशेष तौर ते धन्नवाद है। चीमे परिवार नूं मुबारकबाद भी है क्योंकि सरदार सुरेंद्रपाल सिंह जी टोनी दे घर कहिंदे पोते ने जन्म लिया है साडे छोटे वीर रेंबो दे घर मेरे वीरो बेटा आया है मुबारकबाद है समुचे कबड्डी जगत वल्लों। पर सामने वेखदा भी कबड्डी नौजवान गभरू निंदू लो निंदू इंदगढ़ वाला कहिंदे कबड्डी भार है इधर बिक्की न्यूजीलैंड नवी उणी साडे वीर है कहिंदे जट दे दो जफ्फियां ते 2000 दित्ता जाणा है। आओ सामने इस वेले टक्कर जड़ी सख्त है मेरे वीरो लगता हुआ जफा इस वाली मैदान दे विच बिंदा जी 500 हुण पता नहीं किहदा सी पर आ टिड्डे दी रेट ते ला दिंदे आपां आ रेट ते कहिंदे 500 ला गया सरबजीत सिंह नौजवान ए पंडाल तोने वाला टिड्डा टप जा मोरनीए छाल मार के खाला पर मुंडा टप गया 500 दा हकदार भी हो गया भाई जिन्हां जिन्हां नूं लगदा भी टिड्डा आउण वाले समें दे विच वड्डा खिडारी बणूगा ताड़ियां वारे की ख्याल है आ सारे पेरकलां ने ताड़ियां मारियां सारी दुनिया ने ताड़ियां मारियां होणगियां जिहड़े लाइव देखदे होणगे लाओ सामने वेखदा भी जज लाओ जज मंडियां वाला कहिंदे कबड्डी पारा धनौरी वाले मणि दे जफे ते 500 गुन्नेगरते वल्लों दित्ता जाणा जज दे बोले हुए धावे दे उपर ज्योत रामगढ़ सरदारां वाला जे जफा लावे सुल्तान रामगढ़ सरदारां वाले वल्लों कहिंदे 2000 होणा है आओ जांदा भज्जिया कहिंदे मुंडा जज मंडियां वाला अपनी टीम दे से पॉइंट दा वादा करदा होया लै वी सोढ़ी तेरे जफे दे उपर वी हरदेव ठेकेदार गुन्ना करता तेजी रोड़ियां काला गिलां ते शिंदे ढंडारी वल्लों जिहड़े वड्डे मान सोढ़ी दे जफ्यां दे उपर वी दित्ते जाणगे आए कहिंदे तूफान ढंडोली वाला आओ कहिंदे तूफान तूफान होई पई है मैनूं लगदा वी सोढ़ी पर आओ जांदा भज्जा कहिंदे तूफान ढंडोली वाला पर थोड़ी पहला मिस्टेक होई है वी चीमा परिवार दे घर लक्ष्मी आई है मेरे वीरों बेटी आई है कहिंदे बड़े लंबे समय तो सुखचैन चैना जी उड़ीक सी पर वह कहिंदे मेरे वीर उड़ीकां खत्म हुई है और हाफ टाइम हो चुका है इस मैच का हाफ टाइम तक दे स्कोर जरूर दस दिओ 1500 ला गया लवली कनेडा ते निंदा यूएसए जिहड़ा जाफी हुण पहला जफा ला दूगा 1500 दिता जाना है गुरद्वारा सुखचैन राणा साहब कबड्डी क्लब फगवाड़े के 17.5 श्रोमणी कमेटी के नंबर ने 13 वाह जी वाह एक कहना जितणगे पर समा दसू मेरे वीर हाले तो तीर कमान चाह कुछ भी हो सकता है हजे तो यार मैदान चाह कुछ भी हो सकता है हाले तो बोल जवान चाह कुछ भी हो सकता है कुछ भी हो सकता है कुछ भी हो सकता है कुछ भी हो सकता कुछ भी हो सकता हाँ जी हाँ जी जगवीर सिंह जी रोड़िया 11000 का योगदान जगमीत सिंह जी रोड़िया कमल ढिलों भरपूर सिंह जी जर्ग गोल्डी सानेवाल हैप्पी नंदगढ़ बिंदी सानेवाल रशपाल सिंह जी हारा ते नाल पप्पू का बब्बू कालख जी दीपा कालख राजवीर कनेडा निंदा यूएसए चित इटली लवली कनेडा प्रदीप शरण चठे का लक्ष्मण सरावत का गगनदीप गिल
जसपाल सिंह जसवंत सिंह उन्हों का प्रगट गर्चे उन्हों का हरजिंदर सिंह जी उन्हों का रामदयाल जी मनजीत सिंह जी ढेड़सा हरप्रीत सिविया इन्हों का विशेष तौर पर रिचमंड यूनाइटेड कबड्डी क्लब का बड़ा योगदान है ते नाल ही जगमोहन सिंह जी पप्पू चीमा कालक सुरेंद्रपाल सिंह टोनी के ब्रदर काला गाजियाना फौजी कुरण छापा राजवदनी शिंदा अचरवाल हरजिंदर हिस्सोवाल ते नाल इंद्रजीत रूमी बिट्टा सोही मेजर बराड़ करपाल सिद्धू परमंत सिंह जी दलवीर सिंह जी बूटा छापा जिया का मनी माजरी का काले रशीन का अमरिंदर सिंह पंधेर ते हरदेव सिंह जी रौड़िया जगरूप सिंह जी झली सरबजीत सिंह जी झली हरमेल काला जी भलवान साहब जिंदरा पढ़ो ते नाल निम्मा कंगण वाली आ रीत इकबाल सिंह जी मजैल पर कबड्डी दे नाल जुड़िए सामने नौजवान दुताल परे सिमू कंग यह सिमू कंग वाला कहने नंबर का वादा करता होया है फौजी चाचेदारी कहने एक विशेष तौर पर धन्यवाद है जरगड़ी वाला शीरा भी कहने खड़ा आनंद माणदा भी इस वेले कबड्डी पाउण दे लई आए तूफान ढंडोली वाला आ कबड्डी दे उपर भरपूर सिंह जी मंडेर जरग वाले वालों कहने 500 दिता जाना आए हरपाल कालवा वाला हरपाल कालवा वाला पर तूफान ने कहने पॉइंट जोड़ दिता है लै भी सुपिंदरा 500 रुपया फड़दा मेरे को तूफान का अगली कबड्डी दताल वाला जाफी बिट्टू बब्बू 2000 दिता जाना जिहड़ा जाफी हुण जफा ला दूगा लै भी रुपिंदर आ कबड्डी दे उपर हरवीर आलमगीर कनेडा जो गुरपी जी का भाण जाए साडा वीर ਉਹਦੇ ਵੱਲੋਂ ਕਹਿੰਦੇ 500 ਦੇ ਮਾਣ ਦਿੱਤੇ ਜਾਣਗੇ ਇੱਕ ਪਾਸੇ ਬੱਬੂ ਝਨੇੜੀ ਤੇ ਨੰਬਰ ਆਹ ਫੈਸਲਾ ਔਖਾ ਹੋ ਜਾਂਦਾ ਹੈ ਇੱਥੇ ਫੈਸਲਾ ਕੋਈ ਗੱਲ ਨਹੀਂ ਪਰ ਫੈਸਲਾ ਕਰਨਾ ਜਿਹੜਾ ਸਾਡੇ ਕੋਚ ਸਾਹਿਬ ਨੇ ਕਰ ਦੇਣਾ ਵੀ ਫੈਸਲਾ ਜਿਹੜਾ ਹੈ ਜੋ ਸਹੀ ਹੋਊਗਾ ਫੈਸਲਾ ਉਹੀ ਹੋਣਾ ਮੇਰੇ ਵੀਰੋ ਨਿਰਪੱਖ ਫੈਸਲਾ ਜਿਹੜਾ ਹੈ ਉਹ ਕੀਤਾ ਜਾਣਾ ਪੁਆਇੰਟ ਕਾਮਨ ਹੈ ਨਾ ਰੇਟਰ ਦਾ ਨਾ ਜਾਫੀ ਦਾ 2000 ਫੇਰ ਮੇਰੇ ਵੀਰੋ ਜਦੋਂ ਜੱਫਾ ਲੱਗੂ ਤੇ ਕਹਿੰਦੇ ਵਿੱਕੀ ਨਿਊਜ਼ੀਲੈਂਡ ਜਸਵਿੰਦਰ ਨਿਊਜ਼ੀਲੈਂਡ ਲਵੀ ਕੈਨੇਡਾ ਤੇ ਬਿੰਦੇ ਪ੍ਰਧਾਨ ਵੱਲੋਂ ਜੱਟ ਦੇ ਦੋ ਜੱਫੇ ਕਹਿੰਦੇ 5100 ਦੇ ਦਿੱਤੇ ਜਾਣ ਮਾਨ ਸਨਮਾਨ ਹੋਊ ਮੇਰੇ ਵੀਰੋ ਪਰ ਜਿਹੜਾ ਜਾਫੀ ਹੁਣ ਜੱਫਾ ਲਾ ਦੂਗਾ ਉਹਨੂੰ 2000 ਹੋਣਾ ਆਓ ਸਾਹਮਣੇ ਮੰਡੀਆਂ ਵਾਲੇ ਗੋਪੀ ਦੀ ਕੋਸ਼ਿਸ਼ ਜੱਫਾ ਲੱਗੂ ਕਿ ਨਹੀਂ ਮੁਕਾਬਲਾ ਸਖਤ ਲੱਗਿਆ ਹੋਇਆ ਜ਼ੋਰ 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 ਹੁਣ ਹੁਣ ਗੱਲ ਕਸੂਤੀ ਹੁਣ ਭੱਜ ਗਿਆ ਕਹਿੰਦੇ ਵਿੱਕੀ ਕਪਿਆਲ ਵਾਲਾ ਸੋਨੂ ਅਮਰੀਕਾ ਵਾਲੇ ਵੱਲੋਂ 500 ਵਿੱਕੀ ਕਪਿਆਲ ਦੇ ਲਈ ਲੈ ਵੀ ਸੁਪਿੰਦਰ ਫੇਰ ਫੜਦਾ ਮਾਇਆ ਸੋਨੂ ਅਮਰੀਕਾ ਵੱਲੋਂ ਤੇ ਨਾਲ ਹਰਵੀਰ ਕੈਨੇਡਾ ਵੱਲੋਂ 500 ਦੇ ਮਾਨ ਜਿਹੜੇ ਵਿੱਕੀ ਕਪਿਆਲ 23 ਫਰਵਰੀ ਨੂੰ ਆਨੰਦਪੁਰ ਦੇ ਵਿੱਚ ਕੱਪ ਆਉਣਾ ਹੈ ਉਹਦੇ ਲਈ ਵੀ ਸੱਦਾ ਦਿੱਤਾ ਜਾ ਰਿਹਾ 23 ਫਰਵਰੀ ਨੂੰ ਆਨੰਦਪੁਰ ਦੇ ਵਿੱਚ ਵੀ ਪੰਜਾਬ ਕਬੱਡੀ ਅਕੈਡਮੀ ਐਸੋਸੀਏਸ਼ਨ ਦੇ ਮੁਕਾਬਲੇ ਹੋਣਗੇ ਇੱਕ ਪਾਸੇ ਮਨੀ ਧਨੌਰੀ ਵਾਲਾ ਹੋਏ ਸਵਾਦ ਆ ਗਿਆ ਮਨੀ ਧਨੌਰੀ ਵਾਲਿਆ ਆਹ ਰੋਪੜੀਆ ਆਹ ਭੀਮੇ ਸੇੜੀ ਵਾਲੇ ਦੇ ਇਲਾਕੇ ਦਾ ਖਿਡਾਰੀ 2000 ਦਾ ਜੱਫਾ ਲਾ ਗਿਆ ਲਵਲੀ ਕੈਨੇਡਾ ਤੇ ਨਾਲ ਕਹਿੰਦੇ ਵਾਹ ਆ ਮਨੀ ਰਿਆ ਜੱਫੇ ਦੇ ਉੱਪਰ 500 ਰੁਪਏ USA ਨਿੰਦਾ USA ਤੇ ਲਵਲੀ ਕੈਨੇਡਾ ਨਵੀਂ ਪੰਧੇਰ ਲਹਿਲ USA ਵੱਲੋਂ 500 ਰੁਪਇਆ ਮਨੀ ਧਨੌਰੀ ਦੇ ਆ ਜੱਫੇ ਦੇ ਉੱਪਰ 500 ਰੁਪਇਆ ਗੁੰਨਾ ਕਰਤਾ ਜੀ ਉਹਨਾਂ ਵੱਲੋਂ ਹੈ ਮਨੀ ਧਨੌਰੀ ਦੇ 33 ਰੋੜੀਆਂ ਵਾਲੇ ਵੱਲੋਂ 500 ਹੋਰ ਆਓ ਸਾਹਮਣੇ ਗੋਪੀ ਮੰਡੀਆਂ ਵਾਲਾ ਤੇ ਕਹਿੰਦੇ ਆ ਇਹ ਟੱਡਾ ਏ ਪੰਡਾਲ ਦੋਨੇ ਵਾਲਾ ਅੱਜ ਬੇਰਕਲਾਂ ਵਿੱਚ ਕਹਿੰਦੇ ਮੁੰਡਾ ਬੱਲੇ ਬੱਲੇ ਹੀ ਕਰਵਾ ਅੱਜ ਬੇਰਕਲਾਂ ਦੇ ਵਿੱਚ ਟਿੱਡਾ ਹੋਈ ਪਈ ਹੈ ਟਿੱਡਾ ਹੋਈ ਪਈ ਹੈ ਐਨ ਕਹਿੰਦੇ ਬਾਕੀ ਟਿੱਡਾ ਹੋਈ ਪਈ ਹੈ ਇਧਰ ਗੁੰਨਾ ਬਾਈ ਕਹਿੰਦਾ ਵੀ ਵਿੱਕੀ ਕਪਿਆਲ ਦੀਆਂ 3 ਰੇਟਾਂ ਦੇ ਉੱਪਰ ਤੇਜੀ ਰੋੜੀਆਂ ਵੱਲੋਂ ਛਿੰਦੇ ਢੰਡਾਰੀ ਵੱਲੋਂ ਗੁੰਨੇਗਰਤੇ ਵੱਲੋਂ ਕਹਿੰਦੇ 1000 ਦਿੱਤਾ ਜਾਣਾ ਹਰਵੀਰ ਸਿੰਘ ਜੀ ਢੀਂਡਸਾ ਕਹਿੰਦੇ ਵੀ 1100 ਕਰ ਦਿਓ ਟਿੱਡੇ ਦੀਆਂ 3 ਕਬੱਡੀਆਂ ਦਾ ਜੋਤ ਰਾਮਗੜੀਆ ਰਾਮਗੜੀਆ ਜੋਤ ਤੇ ਨੰਬਰ ਜੱਟ ਮੰਡੀਆਂ ਵਾਲੇ ਦਾ ਆਹ ਕਬੱਡੀ ਕਹਿੰਦੇ ਤੂਫਾਨ ਦੀ ਪੈ ਰਹੀ ਹੈ ਢੰਡੋਲੀ ਵਾਲੇ ਦੀ ਇਸੇ ਰੇਟ ਦੇ ਉੱਪਰ ਮਨਜੀਤ ਸਿੰਘ ਜੀ ਢੀਂਡਸਾ ਤੇ ਨਾਲ ਸਾਡੇ ਹਰਪ੍ਰੀਤ ਸਿਵੀਆ ਜੀ ਰਿਚਮੰਡ ਯੂਨਾਈਟਿਡ ਕਬੱਡੀ ਕਲੱਬ ਵਾਲੇ ਉਹਨਾਂ ਵੱਲੋਂ ਕਹਿੰਦੇ 500 ਏ ਜੱਟ 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 ਜੱਟੋ ਵਾਲਾ ਪਰ ਸਾਹਮਣੇ ਇਹ ਹੈ ਕਹਿੰਦੇ ਤੂਫਾਨ ਢੰਡੋਲੀ ਵਾਲਾ ਸੁਪਿੰਦਰ 500 ਰੁਪਇਆ ਫੜਦਾ ਇਹ ਮਨਜੀਤ ਸਿੰਘ ਜੀ ਢੀਂਡਸਾ ਸਾਹਿਬ ਵੱਲੋਂ ਹੈ ਤੇ ਹਰਪ੍ਰੀਤ ਸਿੰਘ ਜੀ ਸਿਵੀਆ ਸਾਹਿਬ ਵੱਲੋਂ ਜਿਹਨਾਂ ਦਾ ਪਿਆਰ ਹੈ ਕਹਿੰਦੇ ਗੁਰਪ੍ਰੀਤ ਬੇਰਕਲਾਂ ਜੀ ਦੇ ਨਾਲ ਲੈ ਵੀ ਰੁਪਿੰਦਰ ਕਰ ਗੱਲ ਨਿੰਦੂ ਦੀ ਨਿੰਦੂ ਇੰਦਗੜੀਆ
कोई समा सी धर्में तगड़िए का कहते गल् वक्रिया करवा गया एन मेरे वीरियो आओ सामने वेखना फिर गल रेशम की फिर बगीचे की सेमे होना भी गल पर आ मुंडा ढंडोली वाले पंडतां दा है ढंडोली वाले पंडित का मुंडा है यह कहते लखा ढंडोली है ला तकड़ा जफा अपनी टीम के लिए जिन्हों जिन्हों जफे का स्वाद आया एक बार तारियां जोरदार मार दो मेरे वीरू कहने सवाल है पुत्र कमल भागपुर जी जिन्हों वालों कहने बड़ा योगदान पा गया जो कबड्डी कप के लिए कमल भागपुर जी का कहने विशेष तौर उत्ते बड़ा धन्यवाद है जसविंदर न्यूजीलैंड वाला कहना भी टेटे दियां तीन रेटा एक हजार दियां पैणगियां हुण इधर एक हजार रुपया मेरे को आया होया दो हजार दियां कर दी नौजवाना है पर लसाड़े वाला ज्ञानी भी हथ करारे पा जांदा पहला गल हुई एन करारे हथ पाउंदा मेरे वीरो बेरकलां दा 29वां कप सफल है गुरु की मेहर है भी किसी भी खिलाड़ी ने सट फेट नहीं लगी वधिया मैच होए ने दर्शकों ने स्वाद लिया खेड कबड्डी का सारे मुंडिया ने खेड वधिया विखाई है आओ सामने सिमू कांगड़ी कबड्डी ते जफा नंबर सिमू का नंबर सिमू कंग कहते अपनी टीम से जुड़ता होया तूफान आ गया तूफान ढंडोली वाला तूफान ढंडोली वाले की कबड्डी कहने इस वे पै रही है मेरे वीरो उधर कहने यंग कबड्डी कप टोरंटो वालों का भी बड़ा योगदान अज्ज के कबड्डी कप के लिए सामने तूफान के बोले हुए धावे के उपर लै भी जट दाटो वाला तेरे जफे 5100 के होने हैं पर आए कहते भिन्ना मूल्य वाल खहरिया वाला जरा फलौर के कप का फोर ट्रैक्टर का जेतू है ये कहते खोजे वाली जगे दौल का रिश्तेदार है मूल्य वाल खहरिया वाला भिन्दा मेरे वीर चाहे जगे की गल है और सामने रुपिंदर सिंह पिंदू दुताल वाला आओ खनौरी का एरिया फिर कहने पंजाब तो बाद हरियाणा शुरू हो जाता है एक पासे वेखना तू की बच के जरा बोर्ड तो पर वेखना भी पॉइंट जोड़ा है दुताल वाला टिड्डा 2100 दी पहली रेड मेरे वीरो 1100 इधर ढेंडसा साहब वालों लगे है और 1100 ही उधर लगे वीरा भाई रुपिंदर इधरों 1000 होर आ गया लवली कनेडा वालों भी 1000 है आ कहते 3100 की पहली रेड 3100 की पहली रेड टिड्डा सरबजीत सिंह टिड्डा ओ भज गया टिड्डा ओ भज गया टिड्डा ओ टिड्डे की खेड किवें लगी बेर करा लियो नजारा वखरा है कहने टिड्डे की खेड का स्वाद आता टिड्डे की खेड का आए कहते जज मंडिया वाला अगली कबड्डी भा रहा है आ रेड के उपर भरपूर सिंह जी मंडेर जरग वाले उन्होंने वालों कहने 500 दिता जाना यह जज मंडिया वाला मणि धनौली के जफे के उपर बड़े मन गुन्ने करते वालों हो गए पर सामने जज के बोले हुए धावे के उपर लवी लख्या खिचो तैयारी पर सामने प्रिंस ट्राई करता है ते पॉइंट कारी अते सारी बलविंदर काके दा जिक्र आंदा है दुनिया दे स्टार दा जगतार सिंह जी धनौला फैसला करदे वी प्रिंस सारी पिंड वाला मेरे वीरो ला तकड़ा जफा अपनी टीम दे लई लै वी नौजवाना गोरिया रब्बो पिंड वाले मुबारकबाद है 16 साल बाद परमात्मा ने सुनी है 27 दिसंबर नूं कहिंदे बिट्टू दुगाल दा जन्मदिन सीगा ते 27 दिसंबर नूं कहिंदे गोरे दे घर पुत्तर होया आओ सामने सोढ़ी रतनगढ़िया इस वेले करदा कोशिश वज गई कैंची तूफान तूफान टक्किया जाऊ के नहीं तूफाना दे रुख बदले जा सकते हैं पर तूफान डके नहीं जा सकते पर कबड्डी वाला तूफान गगी लोपो ने डकया गुलजार सिद्धमा ने डकया ते कहने जंड वाले बाजी ने डकया पर आ तूफान कहने अज लोट नहीं आ रहा कौन डकू गल समय की होनी है निंदू इंदगड़िया की कबड्डी खन्ने वाले के चिट्ठी खन्ने नू दविंदरा परांगे आऊगी रख सांभ के जवानी तेरे चकड़ा माइक टिटे की दूजी कबड्डी टिटे भी कहने 3100 की दूजी रेड टिटा पंडाल दोने वाला सरबजीत सिंह टिटा कहते 3100 की दूजी रेड पा रहा है लैवी सोडी तेरे जफे दे 500 गुन्ने करते वालों है हरवीर सिंह जी ढेंडसा गुरप्रीत दे भाणजे ने मेरे वीर बेरकला वाले गुरप्रीत सिंह दे भाणजे वालों 1100 ते रेशम होना वालों ते नाल लवी होना वालों पर बेरकला च की हो गया टिड्डा टिड्डा होगी मित्रो टिड्डा टिड्डा होगी मित्रो टिड्डा टिड्डा होगी मित्रो आओ सामने कहते इस वे आ प्रीता है कहते मुंडा हिम्मतपुर हरियाणे वाला जरा इस वे श्रोमणी कमेटी की टीम लिए पाण का वादा करता होया गोविंद सिंह जी लौंगोवाल साहब नू माण है कहते इस टीम के उपर मेरे वीरो गोविंद सिंह जी लौंगोवाल साहब की टीम खेल रही है दलमेक खटड़ा जी भी कहते खड़े आनंद माण रहे हैं मेजर कोच सेड़ीवाल की टीम खेल रही है आओ सामने बिक्की कपियाल वाला
एक हजार लग्या होया गुन्ने करते वालों तेजी रोड़ियां वाले वालों बिक्की कप्याल दीआं रेटां दे उपर गुन्ना जी कट्टो किरा एक हजार ये जफा जिहड़ा गोपी मंडियां वाले ने लाया गुन्ने करते वालों शिंदे ढंडारी वालों तेजी रोड़ियां वाले वालों एक हजार एक ने जफे दे उपर लै वी जलाल वाला कर भी गल इस वेले दुताल वाला दुताल वाला पट्टां दे नाल पट्ट ने खेंदे ओह टौलियां नूं यारो हथ नहीं पैंदे किहड़े पिंड दा गभरू लोकी उंगला कर कर पुछदे ऐ गज गज चौड़ियां छातियां वाले पर तनौले वाला जगतार नहीं मंदा फैसला हो गया भी पॉइंट स्टॉपर दा है लै वी जलाल वाला इधर एक बड़ा ऐलान करवा रहा साडा वीर बिक्की न्यूजीलैंड वालों जसविंदर न्यूजीलैंड नवी कनेडा दे बिंदा प्रधान ਇਹ ਕਹਿੰਦੇ ਵੀ ਜੱਜ ਮੰਡੀਆਂ ਵਾਲ ਦੀ ਇੱਕੋ ਰੇਟ ਤੇ 5100 ਦੇਣਾ ਆਪਾਂ ਆ ਵੇਖ ਇਧਰ ਤੂਫਾਨ ਦਾ ਰੁੱਖ ਬਦਲਦਾ ਤੂਫਾਨ ਦਾ ਰੁੱਖ ਬਦਲੋ ਤੂਫਾਨ ਦਾ ਰੁੱਖ ਬਦਲੋ ਕੇ ਨਹੀਂ ਰਤਨਗੜੀਆਂ ਸੋਢੀਏ ਭੱਜ 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 ਲੈ ਵੀ ਜੱਜ ਮੰਡੀਆਂ ਵਾਲਾ ਤੇਰੀ ਇੱਕ ਮਿੰਟ ਇਹੋ ਜਿਹੇ ਮੌਕੇ ਲਾਂਗਾ ਵੱਡੀਆਂ ਕਰ ਲਈਏ ਹਾਂ ਆਓ ਸਾਹਮਣੇ ਅਗਲੀ ਕਬੱਡੀ ਅਗਲੀ ਰੇਟ ਇਸ ਵੇਲੇ ਕਹਿੰਦੇ ਪ੍ਰੀਤਾ ਹਿੰਮਤਪੁਰੇ ਵਾਲਾ ਹੈ ਤੂੰ ਤਾਂ ਇੱਧਰ ਜਾ ਕੇ ਖੜ ਗਿਆ ਇੱਧਰ ਖੜਾ ਹੁੰਦਾ ਨਾ ਫੇਰ ਪਤਾ ਲੱਗਦਾ ਤੈਨੂੰ ਉਹ ਸਾਹਮਣੇ ਇਸ ਵੇਲੇ ਇਹ ਆ ਪ੍ਰੀਤਾ ਹਿੰਮਤਪੁਰੇ ਹਰਿਆਣੇ ਵਾਲਾ ਏ ਬੱਲੇ 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 ਹੋ ਗਈ ਮੇਰੇ ਵੀਰੋ ਬੇਰਕਲਾਂ ਦੇ ਵਿੱਚ ਐਨ ਕਹਿੰਦੇ ਸਵਾਦ ਵੱਖਰਾ ਹੀ ਆ ਆ ਇਹ ਕਹਿੰਦੇ ਨੌਜਵਾਨ ਕਾਜੂ ਰਣੀਕੇ ਵਾਲਾ ਇਹ ਆ ਕਾਜੂ ਰਣੀਕੇ ਵਾਲਾ ਕਹਿੰਦੇ ਕਮਾਲ ਰਵੀਰ ਸਿੰਘ ਜੀ ਢੀਂਡਸਾ ਕਹਿੰਦੇ ਆ ਰੇਟ ਤੇ 2100 ਕਰ ਦੋ ਇਧਰੋਂ ਦੱਸੀ ਖੰਨੇ ਵਾਲਿਆਂ ਕਿੰਨੇ ਲੱਗੇ ਹੋਏ ਨੇ ਇਧਰੋਂ ਪਹਿਲਾਂ ਟੋਟਲ ਆਪਣਾ 3100 ਆ ਆ 3100 ਨਹੀਂ 5100 ਦੀ ਰੇ ਓ ਜਾਂਦਾ ਟਿੱਡਾ ਪੰਡਾ ਓ ਬੇਰ ਕਲਾਜ ਕੀ ਹੋ ਗਿਆ ਦਰਸ਼ਕੀ ਵੀਰੋ ਟਿੱਡਾ ਟਿੱਡਾ ਹੋ ਗਈ ਮਿੱਤਰੋ ਟਿੱਡਾ ਟਿੱਡਾ ਹੋ ਗਈ ਮਿੱਤਰੋ 3100 ਮੇਰੇ ਤੋਂ ਲੈ ਜੀ ਫੜ ਕੇ ਨੌਜਵਾਨਾਂ ਬਾਕੀ ਪੈਸੇ ਉਧਰ ਲੈ ਲਿਓ ਆ ਕਹਿੰਦੇ 5100 ਦੀ ਰੇੜਾ ਜਲਾਲ ਵਾਲਿਆ ਕਰੀ ਗੱਲ 5100 ਦੀ ਕਬੱਡੀ ਖੇਡ ਮੈਦਾਨ ਦੇ ਵਿੱਚ ਪੈ ਚੁੱਕੀ ਹੁਣ ਜਾਫੀ ਚਾਰ ਇੱਕ ਪਾਸੇ ਪੱਪੂ ਚਨੇੜੀ ਦਾ ਚਨੇੜੀ ਵਾਲਾ ਪੱਪੂ ਦੋਨੋਂ ਸੰਗਰੂਰ ਦੇ ਸਪੇਰੇ ਵੱਖਰਾ ਨਜ਼ਾਰਾ ਖੇਡ ਕਬੱਡੀ ਦਾ ਵੱਖਰਾ ਨਜ਼ਾਰਾ ਬੇਰਕਰਾਂ ਦੇ ਕੱਪ ਦਾ ਵੱਖਰਾ ਨਜ਼ਾਰਾ ਮੇਰੇ ਵੀਰਿਓ ਐਨ ਕਹਿੰਦੇ ਸਵਾਦ ਵੱਖਰਾ ਹੋਇਆ ਪਿਆ ਲਓ ਕਬੱਡੀ ਖੇਡ ਮੈਦਾਨ ਦੇ ਵਿੱਚ ਫਿਰ ਪੈ ਚੁੱਕੀ ਹੈ ਮੈਚ ਗਰਮ ਹੈ ਕੁਝ ਪਲ ਬਾਕੀ ਨੇ ਸਤਨਾਮ ਸਿੰਘ ਸੱਤੂ ਖੰਡੂਰ ਸਾਹਿਬ ਦਾ 8 ਪਾਤਸ਼ਾਹੀਆਂ ਦੇ ਚਰਨਾਂ ਦੀ ਛੋਹ ਪ੍ਰਾਪਤ ਧਰਤੀ ਆਓ ਸਾਹਮਣੇ ਕਿਸ਼ਨਗੜੀ ਆ ਗੁਰਦਿੱਤ ਕਹਿੰਦੇ ਉਸਤਾਦ ਮੰਨਦਾ ਸੱਤੂ ਖੰਡੂਰ ਸਾਹਿਬ ਨੂੰ ਨਿੰਦੇ ਯੂਐਸਏ ਵਾਲੇ ਵੱਲੋਂ ਵੱਡੇ ਮਾਨ ਨੇ ਆ ਜਫੇ ਦੇ ਉੱਪਰ ਨਿੰਦੇ ਯੂਐਸਏ ਵੱਲੋਂ ਵੱਡੇ ਮਾਨ ਗੋਲਾ ਸੇ ਸੋਨੂ ਸੇ ਗੁਰਾ ਸੇ ਇਹ ਵੀ ਸਾਡੇ ਵੀਰ ਨੇ ਇਹਨਾਂ ਦਾ ਵੱਡਾ ਧੰਨਵਾਦ ਲੈ ਵੀ ਕ੍ਰਿਸ਼ਨ ਵੀਰੇ 5100 ਕੱਢਿਓ ਜੱਜ ਵਾਲਾ ਨਿਊਜ਼ੀਲੈਂਡ ਵਾਲੇ ਸਾਡੇ ਵੀਰ ਨੇ ਜਸਵਿੰਦਰ ਹੋਣੀ ਵਿੱਕੀ ਹੋਣੀ ਹਣੀ ਉਹਨਾਂ ਵੱਲੋਂ ਵੱਡੇ ਮਾਨ ਉਹ ਸਾਹਮਣੇ ਕਾਜੂ ਹੈ ਅੰਗਰੇਜ਼ ਸਿੰਘ ਕਾਜੂ ਰਣੀਕੇ ਵਾਲਾ ਕਾਜੂ ਬਦਾਮ ਛੋਲੇ ਖਾਓ ਕੌਡੀ ਖੇਡਣੀ ਹੈ ਤਾਂ ਕਿ ਨਹੀਂ ਡੀਪੀ ਸਾਹਿਬ ਗੱਲਾਂ ਫੇਰ ਬਣਦੀਆਂ ਆਓ ਸਾਹਮਣੇ ਕਬੱਡੀ ਜਫਾ ਪਰ ਹਜੇ ਕੁਝ ਵੀ ਹੋ ਸਕਦਾ ਆਓ ਹਜੇ ਕੁਝ ਵੀ ਹੋ ਸਕਦਾ ਏ ਆ ਗਈ ਖਿਲਾੜੀ ਵਿੱਚ ਬਾਹ ਮਾਰ ਜ਼ੋਰ ਹੁਣ ਜ਼ੋਰ ਮਾਰਦੇ ਹੋਏ ਪਰਨੀ ਉਹ ਸਵਾਦ ਆਇਆ ਜਿੰਨਾ ਸਵਾਦ ਵਾਲਾ ਨੰਬਰ ਸੀ ਨਾ ਉਵੇਂ ਤੁਸੀਂ ਸਵਾਦ ਨਹੀਂ ਲਿਆ ਇੱਕ ਵਾਰੀ ਤਾੜੀਆਂ ਜ਼ੋਰ ਮਾਰ ਕੇ ਦੱਸ ਦਿਓ ਜੇ ਸਵਾਦ ਆ ਗਿਆ ਇਸ ਚੱਲਦੇ ਹੋਏ ਮੈਚ ਦਾ ਮੇਰੇ ਵੀਰਿਓ ਕੋਈ ਗੱਲ ਨਹੀਂ ਪਿਆਰ ਹੈ ਖੇਡ ਕਬੱਡੀ ਹੈ ਬੱਬੂ ਖੰਨੇ ਚੱਕਰਾ ਮਾਈਕ ਲਓ ਕਹਿੰਦੇ ਪਿੰਡੂ ਦੀ ਰੇਡ ਪੈ ਰਹੀ ਹੈ ਆ ਜੱਫੇ ਦੇ ਉੱਪਰ ਕਾਲੇ ਗੱਲਾਂ ਵਾਲੇ ਵੱਲੋਂ ਤੇਜ਼ੀ ਰੋੜੀਆਂ ਵੱਲੋਂ ਗੁੰਨੇ ਕਰਤੇ ਵੱਲੋਂ 500 ਦੇ ਮਾਨ ਦੇ ਸਾਹਮਣੇ ਜੀ ਕੋ ਸਾਹਿਬ ਉਹ ਵੇਖੋ ਕਹਿੰਦੇ ਰੇਡ ਇਸ ਵੇਲੇ ਜਿਹੜੀ ਪਿੰਦੂ ਦਤਾਲ ਵਾਲੀ ਪੈ ਰਹੀ ਹੈ ਇਹ ਆ ਕਹਿੰਦੇ ਸ਼ੇਰ ਸਿੰਘ ਭਲਵਾਨ ਦਾ ਪੁੱਤਰ ਦਤਾਲ ਵਾਲਾ ਪਿੰਦੂ ਆਪਣੀ ਟੀਮ ਦੇ ਲਈ ਪਾਉਣ ਦਾ ਵਾਅਦਾ ਕਰਦਾ ਹੋਇਆ ਅਜਿੰਦਰਪਾਲ ਖਰਨਾ ਨੂੰ ਮਾਣ ਹੈ ਕਹਿੰਦੇ ਮੁੰਡੇ ਦੀ ਖੇਡ ਦੇ ਉੱਪਰ ਲਓ ਸਾਹਮਣੇ ਮੈਂ ਸਮਾਪਤ ਮੈਂ ਬੋਲੇ ਸੋ ਨਿਹਾਲ ਸ਼੍ਰੀ ਅਕਾਲ
रिजल्ट की है पम्मा बवानी जी, श्रोमणी कमेटी के नंबर ने 24 ते गुरद्वारा सुखचैनणा साहब कबड्डी क्लब फगवाड़े के नंबर ने 35। फास्ट फगवाड़ा, सैकेंड श्रोमणी कमेटी, बेस्ट जरूर दस दौ। लसाड़े वाले जिंदरे का विशेष तौर पर धन्यवाद है, बड़ी जिम्मेवारी निभाई है, सारे वीर का धन्यवाद जी। जस भंगू का धन्यवाद है, साढ़े वीर जस भंगू सोनू से, साडे वीर ने जस भंगू तो सोनू से। हाँ हूँ दस भीरे, गुरी भलवान सलाना सरपंच रवि, रवि भलवान लखी पंच, इनका धन्यवाद है जी सारे वीर का जेडे बड़ा योगदान पा रहे जी कप के। साढ़े लखवीर सिंह जी कनेडा आलमगीर वाले बड़ा योगदान पा रहे हैं अजय कप के लिए, लखवीर कनेडा जी। काले वीर का धन्यवाद है, बड़े मान पुजे करदा बोलों तो खुश होकर साडा वीर काला, काले का भी धन्यवाद है बहुत बहुत। सरदार मलकीत सिंह जी सरपंच साहब, जिन्हां दे घर रुस्तम पहलवान ने जन्म लिया मेरे वीरों, उन्हां दा विशेष तौर पर मान सम्मान जिहड़ा है कीता जा रहा है। रविंदर पहलवान के फादर साहब सरदार मलकीत सिंह जी सरपंच साहब पिंड आलमगीर मेरे वीरों, उन्हां दा विशेष तौर पर मान सम्मान जिहड़ा कीता गया है, विशेष तौर पर धन्यवाद करते हैं। सो आओ इस तों बाद फर्स्ट सैकेंड के प्राइज जिहड़े दिते जाणगे, सो मैं बेनती करदा डायनासोर करता जी भाई कहना डायनासोर करता, जसा करखना आ जा हुण सांभ जिम्मेवारी, जसा करखना जसे आ जा स्टेज ते, आ जा स्टेज ते। गुरी भलवान सरपंच सलाना, रवि भलवान लखी पंच, मणि सलाना, यह वीर का बड़ा योगदान है इस कप के लिए। आज दे कबड्डी कप का बेस्ट रेडर, 9 कबड्डिया पाके 9 नंबर प्राप्त किए ने, टिड्डा भंडाल दोने वाला बेस्ट रेडर जी, तारियां जोरदार टिड्डे ने नाम के उपर, बेस्ट जाफी अज कप का। 8 टच ते 4 जफे लाए ने काजू रणीके वाला, बेस्ट जाफी वाली काजू की भी तारियां जोरदार मार रहे हो, बड़ी मुबारकबाद है काजू रणीके वाले नू, ते नाल कहिंदे टिड्डे भंडाल दोने वाले नू बड़ी बधाई। माइक के उत्ते मेरा वीर जसा घरखणा वाला।